क्षत्रिय काल किसान वीरो फार्मर्स वेलफेयर हब ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਤਨੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਰੋਜ਼ਾਨਾ ਦੀ ਤਰ੍ਹਾਂ ਜੋ ਝੋਨੇ ਦੇ ਰੇਟ ਚੱਲ ਰਹੇ ਨੇ ਮੰਡੀ ਚ ਉਹਨਾਂ ਨਾਲ ਤੁਹਾਨੂੰ ਜਾਣੂ ਕਰਵਾ ਰਿਆ ਸੋ ਅਗੇਤੇ ਸੀਜ਼ਨ ਦੀਆਂ ਜੋ ਕਿਸਮਾਂ ਨੇ ਉਹਨਾਂ ਦੇ ਰੇਟ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਹਰਿਆਣਾ ਪੰਜਾਬ ਤੇ ਯੂਪੀ ਦੀਆਂ ਮੇਨ ਮੇਨ ਸ਼ਹਿਰਾਂ ਮੇਨ ਮੇਨ ਮੰਡੀਆਂ ਦੇ ਰੇਟ ਜੋ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਇਰਪਿਆ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਰੋਜ਼ਾਨਾ ਤੁਹਾਨੂੰ ਇਹ ਮੰਡੀ ਅਪਡੇਟ ਦੀ ਖਬਰ ਹੋਰ ਖੇਤੀਬਾੜੀ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਸੋ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਜੋ 1509 ਦੇ ਰੇਟਾਂ ਦੀ ਗੱਲ ਕਰਦੇ ਆਂ ਤਾਂ ਸਰ੍ਹਸੇ 'ਚ ਜੋ 1509 ਦੇ ਰੇਟ ਨੇ 3591 ਰੁਪਏ ਪ੍ਰਤੀ ਕੁਵਾਂਟਲ ਚੱਲ ਰਹੇ ਨੇ ਫਿਰ ਰਤੀਆ ਦੀ ਗੱਲ ਕਰੀਏ ਤਾਂ 3726 ਰੁਪਏ ਪ੍ਰਤੀ ਕੁਵਾਂਟਲ ਫਿਰ ਉਸ ਤੋਂ ਬਾਅਦ ਫਤਿਆਵਾਦ ਦੀ ਗੱਲ ਕਰੀਏ ਤਾਂ 3695 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਜੋ ਚੱਲ ਰਿਹਾ ਹੈ ਉਸ ਤੋਂ ਬਾਅਦ ਸ਼੍ਰੀ ਅਮਰitsar ਸਾਹਿਬ ਦੀ ਗੱਲ ਕਰੀਏ ਤਾਂ 3400 ਤੋਂ ਲੈ ਕੇ 3850 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਕਿ ਸਭ ਤੋਂ ਵੱਧ ਰੇਟ ਵੀ ਅੱਜ ਦਾ ਉਹ ਚੱਲ ਰਿਹਾ ਹੈ ਫਿਰ ਖਨੋਰੀ ਮੰਡੀ ਦੀ ਗੱਲ ਕਰੀਏ ਲਗਭਗ 3630 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਚੱਲ ਰਿਹਾ ਹੈ ਉਸ ਤੋਂ ਬਾਅਦ ਗੋਹਾਣਾ ਹਰਿਆਣਾ ਦੀ ਗੱਲ ਕਰੀਏ ਤਾਂ ਉੱਥੇ 1692 ਜੋ ਹੈ 3622 ਰੁਪਏ ਪ੍ਰਤੀ ਕਵੰਟਲ ਲੱਗਿਆ ਤੇ ਉਸ ਤੋਂ ਬਾਅਦ ਜੇ 1509 ਦੀ ਗੱਲ ਕਰੀਏ ਤਾਂ 3455 ਰੁਪਏ ਫਿਰ ਕੈਥਲ ਦੀ ਗੱਲ ਕਰੀਏ 3500 ਤੋਂ ਲੈ ਕੇ 3668 ਰੁਪਏ ਪ੍ਰਤੀ ਕਵੰਟਲ ਦਾ ਜੋ ਰੇਟ ਕੈਥਲ ਚੱਲ ਰਿਹਾ ਹੈ ਫਿਰ ਨਰੇਲਾ ਮੰਡੀ ਦੀ ਗੱਲ ਕਰੀਏ 3600 ਤੋਂ 3800 ਰੁਪਏ ਪ੍ਰਤੀ ਕਵੰਟਲ ਜੋ ਰੇਟ ਚੱਲ ਰਿਹਾ ਹੈ 1509 ਦਾ ਤਰਾਵੜੀ ਮੰਡੀ ਦੇ ਰੇਟ ਦੀ ਗੱਲ ਕਰੀਏ ਤਾਂ 3631 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਚੱਲ ਰਿਹਾ ਹੈ ਕਰਨਾਲ ਲਗਭਗ 3556 ਰੁਪਏ ਦਾ ਜੋ ਰੇਟ ਹੈ 1509 ਦਾ ਲੱਗਿਆ ਹੈ ਫਿਰ ਸਮਾਲਖਾਂ ਜੋ ਮੰਡੀ ਹੈ 3501 ਰੁਪਏ ਜੋ ਰੇਟ ਲੱਗਿਆ ਹੈ ਕੋਟਕਪੂਰਾ ਪੰਜਾਬ ਦੀ ਗੱਲ ਕਰੀਏ 1509 ਦਾ ਰੇਟ 3540 ਰੁਪਏ ਪ੍ਰਤੀ ਕੁਇੰਟਲ ਰਿਹਾ ਹੈ ਫਿਰ ਤਰਨਤਾਰਨ ਦੀ ਗੱਲ ਕਰੀਏ 3721 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਰਿਹਾ ਹੈ ਫਿਰ ਗੱਲ ਕਰੀਏ ਸਮਾਣਾ ਦੀ ਤਾਂ ਲਗਭਗ 36115 ਰੁਪਏ ਦਾ ਰੇਟ ਜੋ 1509 ਦਾ ਉੱਥੇ ਲੱਗਿਆ ਟੁਹਾਣਾ ਦੀ ਗੱਲ ਕਰੀਏ 3774 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਟੁਹਾਣਾ ਰੇਟ ਰਿਹਾ ਹੈ ਜੰਡੇਆਲਾ ਗੁਰੂ ਮੰਡੀ 3776 ਰੁਪਏ ਪ੍ਰਤੀ ਕੁਆਂਟਲ ਦਾ ਰੇਟ 1509 ਦਾ ਫਿਰ ਗੱਲ ਕਰੀਏ ਕਰੋਂਡਾ ਮੰਡੀ ਦੀ ਤਾਂ 3481 ਰੁਪਏ ਜੋ ਰੇਟ ਰਿਹਾ ਹੈ ਇੰਦਰੀ ਮੰਡੀ ਲਗਭਗ 3571 ਰੁਪਏ ਦਾ ਰੇਟ ਰਿਹਾ ਹੈ ਸਫੀਦੋ ਹਰਿਆਣਾ ਦੀ ਗੱਲ ਕਰੀਏ 3700 ਰੁਪਏ ਪ੍ਰਤੀ ਕੁਵਾਂਟਲ ਦਾ ਜ ਰੇਟ 1509 ਦਾ ਫਿਰ ਇਸ ਤੋਂ ਬਾਅਦ ਗੱਲ ਕਰਦੇ ਆ ਯੂਪੀ ਦੀਆਂ ਮੰਡੀਆਂ ਦੀ ਤਾਂ ਯੂਪੀ ਦੀ ਜਿਹੜੀ ਖੈਰ ਮੰਡੀ ਹੈ 3550 ਰੁਪਏ ਦਾ ਰੇਟ ਰਿਹਾ ਹੈ ਫਿਰ ਗੁਲਵੱਠੀ ਮੰਡੀ ਹੈ 3651 ਰੁਪਏ ਯੂਪੀ ਦਾ ਰੇਟ ਹੈ 1509 ਦਾ ਫਿਰ ਗੰਗੋ ਮੰਡੀ 3550 ਰੁਪਏ ਪ੍ਰਤੀ ਕੁਵਾਂਟਲ ਫਿਰ ਗੜ ਮੁਖਤೇಶ್ਵਰ ਮੰਡੀ ਐ 3650 ਰੁਪਏ ਪ੍ਰਤੀ ਕਿੰਟਲ ਦਾ ਜੋ ਰੇਟ ਰਿਹਾ ਹੈ ਤੇ ਆਰ ਐਚ ਅ 10 ਜੋ ਝੋਨੇ ਦਾ ਰੇਟ ਹੈ ਲਗਭਗ 2400 ਤੋਂ 2500 ਦਾ ਰੇਟ ਉੱਥੇ ਰਿਹਾ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੀ ਹਰਿਆਣਾ ਪੰਜਾਬ ਯੂਪੀ ਦੀਆਂ ਮੰਡੀਆਂ ਦੇ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਡੇਲੀ ਅਪਡੇਟ ਲੈਣ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਸਮੇਂ ਸਿਰ ਤੁਹਾਡੇ ਤੱਕ ਜੋ ਨਵੀਂ ਖੇਤੀਬਾੜੀ ਸੰਬੰਧੀ ਜਾਣਕਾਰੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ